ਪਟਿਆਲਾ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਭਾਈ ਬਲਵੰਤ ਸਿੰਘ ਰਾਜਵਾਨਾ ਦੀ ਭੁੱਖ ਹੜਤਾਲ ਦਾ ਅੱਜ ਦੂਸਰਾ ਦਿਨ ਹੈ ਰਾਜਵਾਨਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਰਹਿਮ ਦੀ ਅਪੀਲ ਵਾਪਸ ਨਾ ਲੈਣ ਦੇ ਰੋਸ ਵਿੱਚ ਕੱਲ 5 ਦਸੰਬਰ ਤੋਂ ਭੁੱਖ ਹੜਤਾਲ ਸ਼ੁਰੂ ਕੀਤੀ ਹੈ ਰਾਜਵਾਨਾ ਦਾ ਕਹਿਣਾ ਹੈ ਕਿ 12 ਸਾਲਾਂ ਤੋਂ ਤੁਹਾਡੀ ਰਹਿਮ ਦੀ ਅਪੀਲ ਰਾਸ਼ਟਰਪਤੀ ਕੋਲ ਉੰਝ ਹੀ ਪਈ ਹੈ ਉਸ ਤੇ ਕੋਈ ਫੈਸਲਾ ਨਹੀਂ ਹੋ ਰਿਹਾ ਪੰਥਕ ਜਥੇਬੰਦੀਆਂ ਨੇ ਜਿਹੜੀਆਂ ਪੰਥਕ ਸੰਸਥਾਵਾਂ ਨੇ ਉਹ ਵੀ ਕੋਈ ਉਪਰਾਲਾ ਨਹੀਂ ਕਰ ਰਹੀਆਂ ਉਸ ਅਪੀਲ ਦਾ ਕੋਈ ਫਾਇਦਾ ਨਹੀਂ ਅਪੀਲ ਵਾਪਸ ਲਈ ਜਾਵੇ ਰਾਜਵਾਨਾ ਨੇ ਰੋਸਾ ਜਤਾਇਆ ਗਿਲਾ ਕੀਤਾ ਕਿ 28 ਸਾਲ ਹੋ ਗਏ ਨੇ ਜੇਲ੍ਹ ਦੇ ਵਿੱਚ ਬੰਦ ਹੋਿਆਂ ਨੂੰ 12 ਸਾਲ ਤੋਂ ਤਾਂ ਫਾਂਸੀ ਵਾਲੀ ਚੱਕੀ ਦੇ ਵਿੱਚ ਰਾਜਵਾਨਾ ਪਿਸ ਰਹੇ ਨੇ ਕੱਲ ਵੀ ਭੁੱਖ ਹੜਤਾਲ ਸ਼ੁਰੂ ਕਰਨ ਦੇ ਨਾਲ ਬਲਵੰਤ ਸਿੰਘ ਰਾਜਵਾਨਾ ਨੇ ਆਪਣੀ ਭੈਣ ਕਮਲਦੀਪ ਕੌਰ ਦੇ ਹੱਥ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇੱਕ ਨਵੀਂ ਚਿੱਠੀ ਭੇਜੀ ਹੈ ਤੇ ਐਸਜੀਪੀਸੀ ਵੱਲੋਂ ਰਾਸ਼ਟਰਪਤੀ ਕੋਲ ਦਾਇਰ ਕੀਤੀ ਰਹਿਮ ਦੀ ਅਪੀਲ ਵਾਪਸ ਕਰਵਾਉਣ ਤੇ ਜ਼ੋਰ ਦਿੱਤਾ ਹੈ ਦੋ ਪੰਨਿਆਂ ਦੀ ਚਿੱਠੀ ਦੇ ਵਿੱਚ ਰਾਜਵਾਨਾ ਨੇ ਕਾਫੀ ਕੁਝ ਲਿਖਿਆ ਬੀਬੀ ਕਮਲਦੀਪ ਕੌਰ ਨੇ ਦੱਸਿਆ ਕਿ ਦੇਸ਼ ਦਾ ਇਕਲੌਤਾ ਮਾਮਲਾ ਜਿਸ ਦੌਰਾਨ ਕੋਈ ਫਾਂਸੀ ਯਾਫਤਾ ਕੈਦੀ 28 ਸਾਲਾਂ ਤੋਂ ਜੇਲ੍ਹ ਚ ਬੰਦ ਹੋਵੇ ਤੇ ਰਹਿਮ ਦੀ ਅਪੀਲ 12 ਸਾਲਾਂ ਤੋਂ ਲਟਕ ਰਹੀ ਹੋਵੇ ਤਾਂ ਕਿ ਵੀਰਜੀ ਨੂੰ ਇਨਸਾਫ ਮਿਲ ਸਕੇ ਇੱਕ ਬੇਨਤੀ ਆ ਕਿ ਸ਼੍ਰੀ ਕਾਲਕਸਰ ਸਾਹਿਬ ਦੀ ਜ਼ਿੰਮੇਵਾਰੀ ਤੁਸੀਂ ਵੀ ਜਿਹੜੀ ਬਾਤ ਹੋਰ ਆ ਆਪ ਆਪਣੇ ਹੱਥਾਂ ਚ ਲੈਣ ਤੇ ਜਿਹੜੀ ਤਾਂ ਕਿ ਇਹ ਜਿਹੜੀ ਵੀਰਜੀ ਰਾਜੂਆਣਾ ਜੀ ਆ ਉਹਨਾਂ ਦੀ ਪਖੜਤਾ ਨੂੰ ਖਤਮ ਕੀਤਾ ਜਾ ਸਕੇ ਜਾਂ ਫਿਰ ਆਪਣਾ ਫੈਸਲਾ ਲੈ ਇਹ ਬੇਨਤੀ ਆ ਸਾਡੇ ਸਾਰੇ ਸੰਸਥਾਵਾਂ ਦੇ ਸਿੱਖ ਆਗੂਆਂ ਨੂੰ ਇਤੋ ਤੱਕ ਕਿ ਦਿੱਲੀ ਕਮੇਟੀ ਨੂੰ ਵੀ ਸਾਰੀਆਂ ਸੰਸਥਾਵਾਂ ਦੇ ਆਗੂਆਂ ਨੂੰ ਬੇਨਤੀ ਆ ਕਿ 28 ਸਾਲ ਹੋ ਗਏ ਇਨੀ ਵੱਡੀ ਬੇਇਨਸਾਫੀਆ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਗਈ ਕਿ 28 ਸਾਲ ਬਾਅਦ ਵੀ ਫੈਸਲਾ ਨਾ ਹੋਣਾ ਤੇ ਕੋਈ ਸਾਡਾ ਸਿਕੋਮ ਦਾ ਇੱਕ ਵੀ ਕਾਤਲ ਅਜੇ ਹਣੀ ਹੈਗਾ ਜਿਹੜਾ ਕਿ ਆਪਣੇ ਕੇਸ ਦੇ ਫੈਸਲੇ ਦਾ ਇੰਤਜ਼ਾਰ ਕਰ ਰਹੇ ਹੋ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਨੇ ਵੀ ਅੱਜ ਪੰਜ ਤਖਤਾਂ ਦੇ ਸਿੰਘ ਸਹਬਾਨਾਂ ਦੀ ਹੰਗਾਮੀ ਬੈਠਕ ਸੱਦੀ ਹੈ ਤੇ ਇਸ ਬੈਠਕ ਦੇ ਵਿੱਚ ਭਾਈ ਰਾਜੋਆਣਾ ਵਾਲਾ ਮਸਲਾ ਵਿਚਾਰਿਆ ਜਾ ਸਕਦਾ ਹੈ। ਹਾਲਾਂਕਿ ਏਜੰਡਾ ਤਾਂ ਨਹੀਂ ਦੱਸਿਆ ਪਰ ਸੰਭਾਵਨਾ ਇਹ ਹੀ ਹੈ ਕਿ ਰਾਜੋਆਣਾ ਦੇ ਮਸਲੇ ਤੇ ਹੀ ਇਹ ਮੀਟਿੰਗ ਸੱਦੀ ਗਈ ਹੈ। ਕੱਲ ਬੀਬੀ ਕਮਲਦੀਪ ਕੌਰ ਨੇ ਵੀ ਇਹੀ ਕਿਹਾ ਕਿ ਜੇ ਸ਼ਿਰਿਆ ਕਾਲ ਤੱਕ ਸਾਹਿਬ ਦੇ ਜਥੇਦਾਰ ਖੁਦ ਭਾਈ ਰਾਜਵਾਨਾ ਵਾਲੇ ਕੇਸ ਦੀ ਪੈਰਵਾਈ ਕਰਨ ਤਾਂ ਉਹ ਭਾਈ ਰਾਜਵਾਨਾ ਦੀ ਭੁੱਖ ਹੜਤਾਲ ਤੜਵਾ ਸਕਦੇ ਨੇ ਨਹੀਂ ਤਾਂ ਬਲਵੰਤ ਸਿੰਘ ਰਾਜਵਾਨਾ ਨੇ ਜੇਲ੍ਹ ਵਿੱਚੋਂ ਸਖਤ ਤੇ ਸਪਸ਼ਟ ਸੁਨੇਹਾ ਦਿੱਤਾ ਕਿ ਜਦੋਂ ਤੱਕ ਐਸਜੀਪੀਸੀ ਰਾਮ ਦੀ ਅਪੀਲ ਵਾਪਸ ਨਹੀਂ ਕਰਵਾ ਲੈਂਦੀ ਉਦੋਂ ਤੱਕ ਉਹਨਾਂ ਦੀ ਭੁੱਖ ਹੜਤਾਲ ਖਤਮ ਨਹੀਂ ਹੋਵੇਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵੀ ਬਲਵੰਤ ਸਿੰਘ ਰਾਜਵਾਨਾ ਵੱਲੋਂ ਭੁੱਖ ਹੜਤਾਲ ਸ਼ੁਰੂ ਕਰਨ ਤੇ ਕਿਹਾ ਕਿ ਇਹ ਕੇਂਦਰ ਸਰਕਾਰ ਦੇ ਅੜੀਅਲ ਤੇ ਨਾ ਪੱਖੀ ਰਵੱਈਏ ਤੇ ਪੰਜਾਬ ਸਰਕਾਰ ਦੀ ਤਾਨਾਸ਼ਾਹੀ ਨੀਤੀ ਦਾ ਨਤੀਜਾ ਹੈ ਕਿ ਰਾਜਵਾਨਾ ਨੂੰ ਇਹ ਸਖਤ ਫੈਸਲਾ ਲੈਣਾ ਪਿਆ ਧਾਮੀ ਨੇ ਕਿਹਾ ਕਿ ਜੇ ਭਾਰਤ ਸਰਕਾਰ ਨੇ ਸਮਾਂ ਰੈਂਦੇ ਆ ਉਹਨਾਂ ਦੀ ਫਾਂਸੀ ਦੀ ਸਜ਼ਾ ਮਾਫੀ ਸੰਬੰਧੀ ਐਸਜੀਪੀਸੀ ਦੀ ਪਟੀਸ਼ਨ ਦਾ ਨਿਪਟਾਰਾ ਕੀਤਾ ਹੁੰਦਾ ਤਾਂ ਰਾਜਵਾਨਾ ਨੂੰ ਭੁੱਖ ਹੜਤਾਲ ਲਈ ਮਜਬੂਰ ਨਾ ਹੋਣਾ ਪੈਂਦਾ ਐਸਜੀਪੀਸੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਵੀ ਦਾਵਾ ਕੀਤਾ ਕਿ ਸ਼੍ਰੋਮਣੀ ਕਮੇਟੀ ਨੇ ਰਾਜਵਾਨਾਂ ਦਾ ਕੇਸ ਸੁਪਰੀਮ ਕੋਰਟ 'ਚ ਲੜਨ ਦੌਰਾਨ ਕੋਈ ਕਸਰ ਨਹੀਂ ਛੱਡੀ ਸੀ ਦੇਸ਼ ਦੇ ਸਭ ਤੋਂ ਮਸ਼ਹੂਰ ਵਕੀਲ ਮੁਕਲ ਰੁੱਤਗੀ ਨੂੰ ਨਿਯੁਕਤ ਕੀਤਾ ਗਿਆ ਪਰ ਸੁਪਰੀਮ ਕੋਰਟ ਨੇ ਅਖੀਰ ਦੇ ਵਿੱਚ ਪਟੀਸ਼ਨ ਨੂੰ ਰੱਦ ਕਰ ਦਿੱਤਾ ਕਈ ਵਾਰੀ ਕਹਿੰਦੇ ਕਮੇਟੀ ਨੇ ਰਾਜਵਾਨਾਂ ਦੀ ਰਿਹਾਈ ਲਈ ਰਾਸ਼ਟਰਪਤੀ ਦਫ਼ਤਰ ਦੇ ਗ੍ਰਹਿ ਮੰਤਰੀ ਨੂੰ ਚਿੱਟੀਆਂ ਲਿਖ ਕੇ ਮਿਲਣ ਦਾ ਸਮਾਂ ਮੰਗਿਆ ਪਰ ਹਾਲੇ ਤੱਕ ਸਮਾਂ ਨਹੀਂ ਦਿੱਤਾ ਜਦ ਕਿ ਰਾਜੀਵ ਗਾਂਧੀ ਦੇ ਕਾਤਲਾਂ ਤੇ ਬਲਕੀਸ ਬਾਨੋ ਦੇ ਦੋਸ਼ੀਆਂ ਨੂੰ ਸਮੇਂ ਤੋਂ ਪਹਿਲਾਂ ਹੀ ਬਰੀ ਕਰ ਦਿੱਤਾ ਗਿਆ ਉਧਰ ਸ਼੍ਰੋਮਣੀ ਅਕਾਲੀ ਦਲ ਨੇ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਨੂੰ ਫੇਰ ਤੋਂ ਚੁਣੌਤੀ ਦਿੱਤੀ ਹੈ ਪਾਰਟੀ ਦੇ ਨੌਜਵਾਨ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਚੈਲੰਜ ਕੀਤਾ ਹੈ ਕਿ ਪਟਿਆਲਾ ਜੇਲ੍ਹ ਦੇ ਸੁਪਰਡੈਂਟ ਉਸ ਫੋਨ ਦੀ ਡਿਟੇਲ ਜਾਰੀ ਕਰਨ ਜਿਹੜਾ ਉਹ ਕਹਿੰਦੇ ਨੇ ਕਿ 2 ਦਸੰਬਰ ਨੂੰ ਮਜੀਠੀਆ ਨੂੰ ਕਰਕੇ ਉਹਨਾਂ ਨੇ ਜਵਾਬ ਦੇ ਦਿੱਤਾ ਸੀ ਕਿ ਮੁਲਾਕਾਤ ਨਹੀਂ ਹੋ ਸਕਦੀ ਕਹਿੰਦੇ ਡਿਟੇਲ ਜਾਰੀ ਕਰਕੇ ਦੱਸਣ ਫੋਨ ਕਿਸ ਨੇ ਕਿਸ ਨੂੰ ਕੀਤਾ ਤੇ ਕਿੱਥੋਂ ਕੀਤਾ ਕਲੇਰ ਨੇ ਇਲਜ਼ਾਮ ਲਾਇਆ ਕਿ ਏ ਡੀ ਜੀ ਪੀ ਜ਼ਿਲ੍ਹਾ ਨੇ ਮਨਜ਼ੂਰੀ ਦੇ ਦਿੱਤੀ ਸੀ ਲਿਖਤੀ ਮਨਜ਼ੂਰੀ ਮਜੀਠੀਆ ਦੇ ਕੋਲ ਹੈ ਪਰ ਮੁੱਖ ਮੰਤਰੀ ਦੇ ਇਸ਼ਾਰੇ ਤੇ ਮਿਲਣ ਨਹੀਂ ਦਿੱਤਾ ਗਿਆ ਸਿੰਘ ਮਜੀਠੀਆ ਕਰ ਰਹੇ ਸੀ ਕਿਉਂਕਿ ਸਰਦਾਰ ਵਿਕਰਮ ਸਿੰਘ ਮਜੀਠੀਆ ਲਗਾਤਾਰ ਭਗਵੰਤ ਮਾਨ ਸਾਹਿਬ ਦੇ ਤੇ ਸਰਕਾਰ ਦੇ ਉੱਤੇ ਉਹਨਾਂ ਦੀ ਮਾੜੀ ਨੀਤੀਆਂ ਨੂੰ ਲੈ ਕੇ ਹਮਲਾਵਰ ਨੇ ਸਿਰਫ ਇਸ ਗੱਲ ਕਰਕੇ ਇਸ ਵਫਤ ਨੂੰ ਜੇਲ੍ਹ ਦੇ ਬਾਹਰ ਰੋਕਿਆ ਗਿਆ ਹੁਣ ਮੇਰਾ ਸਿੱਧਾ ਤੇ ਸਪਸ਼ਟ ਸਵਾਲ ਹੈ ਜੇਲ੍ਹ ਸੁਪਰਡੈਂਡੈਂਟ ਸਾਹਿਬ ਨੂੰ ਕਿਉਂਕਿ ਕੱਲ ਇੱਕ ਪ੍ਰੈਸ ਨੋਟ ਉਹਨਾਂ ਦੇ ਵੱਲੋਂ ਜਾਰੀ ਕੀਤਾ ਗਿਆ ਹਾਲਾਂਕਿ ਜੇ ਪ੍ਰੈਸ ਨੋਟ ਨੂੰ ਦੇਖੋਗੇ ਤਾਂ ਸਪਸ਼ਟ ਪਤਾ ਲੱਗਦਾ ਹੈ ਕਿ ਪ੍ਰੈਸ ਨੋਟ ਐਨ ਮੌਕੇ ਦੀ ਮੌਕੇ ਚੰਡੀਗੜ੍ਹੋਂ ਆਇਆ ਕੰਕੇ ਦੇ ਵਿੱਚ ਲਿਖਿਆ ਹੋਇਆ ਕਿ ਜੀ ਜੇਲ ਸੁਪਰੀਟੈਂਡੈਂਟ ਇਹ ਕਰ ਸਕਦਾ ਹੈ ਜੇਲ ਸੁਪਰੀਟੈਂਡੈਂਟ ਨੇ ਕਰਤਾ ਅਗਰ ਪ੍ਰੈਸ ਨੋਟ ਜੇਲ ਸੁਪਰੀਟੈਂਡੈਂਟ ਨੇ ਕੱਢਣਾ ਹੁੰਦਾ ਤਾਂ ਅੰਡਰਸਾਈਨਡ ਵਰਡ ਯੂਜ਼ ਹੁੰਦਾ ਕਿ ਅੰਡਰਸਾਈਨਡ ਨੇ ਕਨਵੇ ਕਰਤਾ ਸੀ ਔਰ ਚੈਲੰਜ ਕੀਤਾ ਕੱਲ ਵੀ ਸ਼੍ਰੋਮਣੀ ਅਕਾਲੀ ਦਲ ਨੇ ਮੈਂ ਅੱਜ ਵੀ ਕਰਦਾ ਕਿ ਜੇਲ ਸੁਪਰੀਟੈਂਡੈਂਟ ਸਾਹਿਬ ਦਿਖਾਉਣ ਕਿ ਕਿੱਥੇ ਉਹਨਾਂ ਨੇ ਮਨਾਂ ਕੀਤਾ ਕਿਉਂਕਿ ਲਿਖਤੀ ਪਰਮਿਸ਼ਨ ਤਾਂ ਡੀਜੀਪੀ ਪ੍ਰੈਜ਼ੈਂਸ ਨੇ ਦੇਤੀ ਤੇ ਜੇਲ ਸੁਪਰੀਡੈਂਟ ਸਾਹਿਬ ਨੇ ਵਰਬਲੀ ਕਿਨੂੰ ਕਨਵੇ ਕਰਤਾ ਕਿਹੜੇ ਫੋਨ ਤੇ ਕਰਤਾ ਕਿਉਂਕਿ ਸਾਰੇ ਪ੍ਰੈਸ ਵਾਲੇ ਵੀਰੋਂ ਤੁਹਾਡੇ ਕੋਲ ਸਭ ਕੋਲੇ ਮਜੀਠੀਆ ਸਾਹਿਬ ਦਾ ਨੰਬਰ ਵੀ ਹੈਗਾ ਅਗਰ ਕਨਵੇ ਕੀਤਾ ਹੁੰਦਾ ਤਾਂ ਸਰਕਾਰ ਜਾਰੀ ਕਰੇ ਕਾਲ ਰਿਕਾਰਡ ਜਾਰੀ ਕਰੇ ਕਿ ਕਿਨੂੰ ਕਨਵੇ ਕੀਤਾ ਕਿੱਥੇ ਕੀਤਾ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ 20 ਦਸੰਬਰ ਨੂੰ ਦਿੱਲੀ ਦੇ ਵਿੱਚ ਮਾਰਚ ਕੱਢਣ ਦਾ ਵੀ ਐਲਾਨ ਕੀਤਾ ਹੈ ਤੇ ਸ਼੍ਰੋਮਣੀ ਅਕਾਲੀ ਦਲ ਉਸ ਮਾਰਚ ਵਿੱਚ ਸ਼ਾਮਿਲ ਹੋਣ ਦੀ ਤਿਆਰੀ ਕਰ ਰਿਹਾ ਇਸ ਨੂੰ ਲੈ ਕੇ ਬੈਠਕਾਂ ਵੀ ਕੀਤੀਆਂ ਜਾਣਗੀਆਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ ਇਸੇ ਤਰ੍ਹਾਂ ਦਿੱਲੀ ਇਕਾਈ ਹੈ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਉਸ ਨੇ ਕੱਲ ਨੂੰ ਮੀਟਿੰਗ ਬੁਲਾਈ ਹੈ ਸ਼ਾਮ ਨੂੰ 4 ਵਜੇ ਗੁਰਦੁਆਰਾ ਰਕਾਬਗਨ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਵਿੱਚ ਇਹ ਮੀਟਿੰਗ ਪਰਮਜੀਤ ਸਿੰਘ ਸਰਨਾ ਹੋਣਾ ਨਿਸਦਦੀ ਹੈ ਅਕਾਲੀ ਲੀਡਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਕਿਹਾ ਹੈ ਕਿ ਰਾਜਵਾਣਾ ਦਾ ਮਾਮਲਾ ਹੁਣ ਲੋਕ ਲਹਿਰ ਬਣ ਕੇ ਉੱਭਰੇਗਾ ਕਿਉਂਕਿ ਸਰਕਾਰ ਇਸ ਮਸਲੇ ਦਾ ਨਿਵੇੜਾ ਨਹੀਂ ਕਰ ਰਹੀ SDPC ਦੇ ਵੱਲੋਂ ਜਿੱਥੇ 20 ਦਸੰਬਰ ਨੂੰ ਦਿੱਲੀ ਵਿੱਚ ਰੋਸ ਮੂਜ਼ਾਹਰਾ ਕੀਤਾ ਜਾਵੇਗਾ ਉੱਥੇ ਹੀ ਪੰਥਕ ਇਨਸਾਫ ਪਸੰਦ ਵਪਾਰਿਕ ਤੇ ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਵੱਲੋਂ 10 ਦਸੰਬਰ ਨੂੰ ਦਿੱਲੀ ਵਿੱਚ ਰੋਸ ਮਾਰਚ ਕੱਢਣ ਦਾ ਐਲਾਨ ਕੀਤਾ ਗਿਆ ਹੈ 10 ਦਸੰਬਰ ਨੂੰ ਕੌਮਾਂਤਰੀ ਮਨੁੱਖੀ ਅਧਿਕਾਰ ਦਿਹਾੜੇ ਮੌਕੇ ਇਹ ਰੋਸ ਮਾਰਚ ਕੱਢਿਆ ਜਾਵੇਗਾ ਗੁਰਦੁਆਰਾ ਬੰਗਲਾ ਸਾਹਿਬ ਤੋਂ ਸ਼ੁਰੂ ਹੋ ਕੇ ਸੰਸਦ ਭਵਨ ਤੱਕ ਜਾਵੇਗਾ ਜਿੱਥੇ ਪ੍ਰਧਾਨ ਮੰਤਰੀ ਦੇ ਨਾਮ ਇੱਕ ਯਾਦ ਪੱਤਰ ਸੌਂਪਿਆ ਜਾਵੇਗਾ ਸਵੇਚੂ ਸਾਰੀਆਂ ਜਥੇਬੰਦੀਆਂ ਦੇ ਆਗੂ 9 ਦਸੰਬਰ ਨੂੰ ਸ਼ੰਭੂ ਬਾਰਡਰ ਤੇ ਇਕੱਠੇ ਹੋਣਗੇ 150 ਬੱਸਾਂ ਦਾ ਕਾਫਲਾ ਇੱਥੋਂ ਇਕੱਠਾ ਹੀ ਤੁਰੇਗਾ ਹਾਲਾਂਕਿ ਦਿੱਲੀ ਸਰਕਾਰ ਇਹਨਾਂ ਨੂੰ ਅੰਦਰ ਐਂਟਰ ਹੋਣ ਦੇਵੇਗੀ ਜਾਂ ਨਹੀਂ ਇਹ ਤਾਂ ਸਮਾਂ ਹੀ ਦੱਸੇਗਾ ਅੱਜ ਸੰਸਦ ਦੇ ਸਰਦਰ ਉਤੇ اجلاس ਦਾ ਤੀਸਰਾ ਦਿਨ ਹੈ ਕੱਲ ਦੂਸਰੇ ਦਿਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜੰਮੂ ਕਸ਼ਮੀਰ ਦੇ ਵਿੱਚ ਧਾਰਾ 370 ਮਨਸੂਖ ਕਰਨ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਹਨਾਂ ਦੀ ਸਰਕਾਰ ਦੇਸ਼ ਵਿੱਚ ਸਿਰਫ ਇੱਕ ਝੰਡਾ ਤੇ ਇੱਕ ਸੰਵਿਧਾਨ ਯਕੀਨੀ ਬਣਾਏਗੀ ਕਹਿੰਦੇ ਦੇਸ਼ ਵਿੱਚ ਇੱਕ ਝੰਡਾ ਇੱਕ ਪ੍ਰਧਾਨ ਮੰਤਰੀ ਇੱਕ ਸੰਵਿਧਾਨ ਦੀ ਧਾਰਨਾ ਕੋਈ ਸਿਆਸੀ ਨਾਰਾ ਨਹੀਂ ਹੈ ਤੇ ਭਾਰਤੀ ਜਨਤਾ ਪਾਰਟੀ ਇਸ ਸਿਧਾਂਤ ਵਿੱਚ ਦ੍ਰਿੜਤਾ ਨਾਲ ਵਿਸ਼ਵਾਸ ਕਰਦੀ ਹੈ ਤੇ ਉਸਨੇ ਜੰਮੂ ਕਸ਼ਮੀਰ 'ਚ ਕਰਕੇ ਦਿਖਾਇਆ ਹੈ ਅਮਿਤ ਸ਼ਾਹ ਨੇ ਦੋ ਪ੍ਰਧਾਨ ਮੰਤਰੀ ਦੋ ਸੰਵਿਧਾਨ ਤੇ ਦੋ ਝੰਡਿਆਂ ਨੂੰ ਗਲਤ ਦੱਸਿਆ ਤੇ ਧਾਰਾ 370 ਰੱਦ ਕਰਨ ਦੇ ਫੈਸਲੇ ਨੂੰ ਪੂਰੀ ਤਰ੍ਹਾਂ ਸਹੀ ਇਕਰਾਰ ਦਿੱਤਾ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਲੋਕ ਸਭਾ ਦੇ ਵਿੱਚ ਕਿਹਾ ਕਿ ਖੇਤੀ ਸੁਧਾਰਾਂ ਨੂੰ ਲੈ ਕੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਯੂਪੀਏ ਸਰਕਾਰ ਦੌਰਾਨ ਆਈ ਸੀ ਪਰ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਐਨਡੀਏ ਸਰਕਾਰ ਨੇ ਇਸ ਦੀਆਂ ਸਿਫਾਰਿਸ਼ਾਂ ਤੇ ਕੰਮ ਕਰਨਾ ਸ਼ੁਰੂ ਕੀਤਾ ਉਹਨਾਂ ਨੇ ਕਿਹਾ ਕਿ 101 ਸਿਫਾਰਿਸ਼ਾਂ ਚੋਂ ਸਾਡੀ ਸਰਕਾਰ 100 ਤੇ ਕੰਮ ਕਰ ਰਹੀ ਹੈ ਐਮਐਸਪੀ ਤੇ ਕਾਨੂੰਨ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਇਸ ਬਾਰੇ ਜਿਹੜੀ ਕਮੇਟੀ ਬਣਾਈ ਹੈ ਉਸ ਦੀਆਂ ਸਿਫਾਰਿਸ਼ਾਂ ਹਾਲੇ ਨਹੀਂ ਆਈਆਂ ਜਿਵੇਂ ਹੀ ਆਈਆਂ ਇਸ ਤੇ ਵੀ ਕੰਮ ਹੋਵੇਗਾ ਚਾਰ ਸੂਬਿਆਂ ਦੀ ਚੋਣਾਂ ਦੇ ਵਿੱਚ ਕਰਾਰੀ ਹਾਰ ਤੋਂ ਬਾਅਦ ਇੰਡੀਆ ਗੱਠ ਜੋੜ ਦੀ ਅੱਜ ਜਿਹੜੀ ਬੈਠਕ ਹੋਣੀ ਸੀ ਉਹ ਮੁਲਤਵੀ ਕਰ ਦਿੱਤੀ ਗਈ ਹੈ। ਹੁਣ 17 ਦਸੰਬਰ ਨੂੰ ਗੱਠ ਜੋੜ ਦੀ ਬੈਠਕ ਹੋਵੇਗੀ ਕਿਉਂਕਿ ਅੱਜ ਵਾਲੀ ਬੈਠਕ ਦੇ ਵਿੱਚ ਮਮਤਾ ਬਨਰਜੀ ਸਮੇਤ ਕਈ ਮੁੱਖ ਮੰਤਰੀ ਸ਼ਾਮਲ ਨਹੀਂ ਹੋ ਸਕਦੇ ਸਨ। ਹਾਲਾਂਕਿ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾ ਅਰਜਨ ਖੜਗੇ ਦੀ ਰਿਹਾਈਸ਼ ਤੇ ਅੱਜ ਗੱਠ ਜੋੜ ਦੇ ਸੰਸਦ ਮੈਂਬਰਾਂ ਦੀ ਮੁਲਾਕਾਤ ਜ਼ਰੂਰ ਹੋਵੇਗੀ। ਭਾਰਤ ਵਿੱਚ ਪਾਬੰਦੀਸ਼ੁਦਾ ਜਥੇਬੰਦੀ 6 ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਦੇ ਖਿਲਾਫ ਸਾਜ਼ਿਸ਼ ਦਾ ਮਾਮਲਾ ਭਾਰਤ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਦੇ ਕੋਲ ਫੇਰ ਉੱਠਿਆ ਹੈ ਭਾਰਤ ਦੌਰੇ ਤੇ ਆਏ ਅਮਰੀਕਾ ਦੇ ਡਿਪਟੀ ਕੌਮੀ ਸੁਰੱਖਿਆ ਸਲਾਹਕਾਰ ਜਨਾਥਨ ਫਾਈਨਰ ਨੇ ਇਹ ਮੁੱਦਾ ਜੈ ਸ਼ੰਕਰ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਦੇ ਕੋਲ ਚੁੱਕਿਆ ਵਾਈਟ ਹਾਊਸ ਵੱਲੋਂ ਜਾਰੀ ਕੀਤੇ ਗਏ ਬਿਆਨ ਦੇ ਵਿੱਚ ਵੀ ਇਸ ਦੀ ਪੁਸ਼ਟੀ ਕੀਤੀ ਗਈ ਹੈ ਕਿ ਦੋਵੇਂ ਦੇਸ਼ਾਂ ਦੇ ਲੀਡਰਾਂ ਵਿਚਾਲੇ ਹੋਈ ਗੱਲਬਾਤ ਦੇ ਵਿੱਚ ਪੰਨੂ ਦੇ ਮੁੱਦੇ ਤੇ ਵੀ ਗੱਲਬਾਤ ਹੋਈ ਹੈ ਭਾਰਤ ਨੇ ਅਮਰੀਕਾ ਦੇ ਅਧਿਕਾਰੀ ਨੂੰ ਦੱਸਿਆ ਕਿ ਮਾਮਲੇ ਦੀ ਜਾਂਚ ਉੱਚ ਪੱਧਰ ਤੇ ਹੋ ਰਹੀ ਹੈ ਜਿਸ ਤੋਂ ਬਾਅਦ ਜਨਾਥਨ ਫਾਈਨਰ ਨੇ ਕਿਹਾ ਹੈ ਕਿ ਬਹੁਤ ਚੰਗੀ ਗੱਲ ਹੈ ਕਿ ਭਾਰਤ ਜਾਂਚ ਕਰ ਰਿਹਾ ਹੈ ਕਿਉਂਕਿ ਮਾਮਲਾ ਬਹੁਤ ਗੰਭੀਰ ਹੈ ਤੇ ਅਸੀਂ ਨਤੀਜੇ ਦੀ ਉਡੀਕ ਕਰ ਰਹੇ ਹਾਂ ਅਮਰੀਕਾ ਦੇ ਵਿਦੇਸ਼ ਮੰਤਰਾਲੇ ਨੇ ਵੀ ਕਿਹਾ ਕਿ ਭਾਰਤ ਮਾਮਲੇ ਦੀ ਜਾਂਚ ਕਰ ਰਿਹਾ ਹੈ ਤੇ ਸਾਨੂੰ 63 ਦੇ ਨਤੀਜੇ ਆਉਣ ਦੀ ਉਮੀਦ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੈਥਿਊ ਮਿਲਰ ਨੇ ਕਿਹਾ ਕਿ ਅਸੀਂ ਇਹ ਸਪਸ਼ਟ ਕਰ ਦਿੰਦਾ ਹੈ ਕਿ ਅਸੀਂ ਸਰਹੱਦ ਪਾਰ ਜਾ ਕੇ ਅਜਿਹਾ ਜ਼ਬਰ ਕੀਤਾ ਜਾਂਦੇ ਖਿਲਾਫਾਂ ਚਾਹੇ ਕਿਸੇ ਵੀ ਹਿੱਸੇ ਵਿੱਚ ਹੋਵੇ ਜਾਂ ਕੋਈ ਵੀ ਕਰੇ ਇਹ ਸਿਰਫ ਭਾਰਤ ਨਾਲ ਜੁੜਿਆ ਨਹੀਂ ਹੈ ਬਲਕਿ ਦੁਨੀਆ ਦੇ ਕਿਸੇ ਵੀ ਦੇਸ਼ ਦੇ ਲਈ ਇਹੀ ਨੀਤੀ ਹੈ। ਹਾਲਾਂਕਿ ਇਸ ਮਾਮਲੇ ਦੇ ਵਿੱਚ ਉਹਨਾਂ ਨੇ ਹੋਰ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ। ਮਿਲਰ ਨੇ ਕਿਹਾ ਕਿ ਮੈਂ ਬਸ ਇਹੀ ਕਹਾਂਗਾ ਕਿ ਜਦੋਂ ਇੱਕ ਕਥਿਤ ਮਾਮਲਾ ਸਾਡੇ ਧਿਆਨ ਵਿੱਚ ਲਿਆਂਦਾ ਗਿਆ ਤਾਂ ਸਾਡੇ ਉੱਗੇ ਅਧਿਕਾਰੀਆਂ ਨੇ ਦਰ ਸਰਕਾਰ ਦੇ ਵੱਡੇ ਅਧਿਕਾਰੀਆਂ ਨੂੰ ਸਪਸ਼ਟ ਕਰ ਦਿੱਤਾ ਸੀ ਕਿ ਅਸੀਂ ਜਿਹੇ ਮਾਮਲਿਆਂ ਨੂੰ ਕਿੰਨੀ ਗੰਭੀਰਤਾ ਨਾਲ ਲੈਂਦੇ ਹਾਂ ਉਹਨਾਂ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਅਸੀਂ ਨਤੀਜੇ ਦੇ ਨਤੀਜੇ ਦੇ ਇੰਤਜ਼ਾਰ ਵਿੱਚ ਹਾਂ ਵਾਈਟ ਹਾਊਸ ਨੇ ਦੱਸਿਆ ਕਿ ਫਾਈਨਰ ਨੇ ਭਾਰਤ ਵੱਲੋਂ ਗਠਿਤ ਕਮੇਟੀ ਨੂੰ ਮਾਨਤਾ ਦਿੱਤੀ ਹੈ ਜੋ ਇਸ ਜਾਨਲੇਵਾ ਸਾਜ਼ਿਸ਼ ਦੀ ਜਾਂਚ ਕਰੇਗੀ ਨਾਲ ਹੀ ਜ਼ੋਰ ਦਿੱਤਾ ਕਿ ਸ਼ਾਮਲ ਲੋਕਾਂ ਦੀ ਜ਼ਿੰਮੇਵਾਰੀ ਤੈਅ ਕਰਨਾ ਜ਼ਰੂਰੀ ਹੈ ਫਾਈਨਰ ਨੇ ਭਾਰਤੀ ਅਧਿਕਾਰੀਆਂ ਨਾਲ ਮੁਲਾਕਾਤ ਵਿੱਚ ਗਾਜ਼ਾ ਸੰਬੰਧੀ ਯੋਜਨਾਵਾਂ ਵੀ ਵਿਚਾਰੀਆਂ ਨੇ ਤੇ ਇਸ ਸੰਕਟ ਦੇ ਖਤਮ ਹੋਣ ਤੋਂ ਬਾਅਦ ਟੂ ਸਟੇਟ ਸੋਲੂਸ਼ਨ ਤੇ ਅੱਗੇ ਵਧਣ ਦੀ ਚਰਚਾ ਵੀ ਕੀਤੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੱਲ ਪੁਲਿਸ ਦੇ ਵੱਡੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਪੰਜਾਬ ਦੇ ਵਿੱਚ ਪੁਲਿਸ ਨੂੰ ਨਸ਼ਿਆਂ ਖਿਲਾਫ ਲੜਾਈ ਅੰਜਾਮ ਤੱਕ ਲਿਜਾਣ ਦੇ ਹੁਕਮ ਦਿੱਤੇ ਨੇ ਤਸਕਰਾਂ ਦੀ ਜਾਇਦਾਦ ਜ਼ਬਤ ਕਰਨ ਵਿੱਚ ਤੇਜ਼ੀ ਲਿਆਉਣ ਲਈ ਕਿਹਾ ਪੁਲਿਸ ਕਮਿਸ਼ਨਰਾਂ ਜ਼ਿਲ੍ਹਾ ਪੁਲਿਸ ਮੁਖੀਆਂ ਤੇ ਉੱਚ ਅਫਸਰਾਂ ਨਾਲ ਮੀਟਿੰਗ ਕੀਤੀ ਹੈ ਪੁਲਿਸ ਦੇ ਨਾਲ ਅਹਿਮ ਮੀਟਿੰਗ ਤੋਂ ਬਾਅਦ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਪ੍ਰਬੰਧਕੀ ਸਕੱਤਰਾਂ ਦੇ ਨਾਲ ਮੀਟਿੰਗ ਕੀਤੀ ਜਾਊਗੀ ਪੰਜਾਬ ਸਰਕਾਰ ਦੇ ਸਾਰੇ ਵਿਭਾਗਾਂ ਦੇ ਪ੍ਰਬੰਧਕੀ ਸਕੱਤਰਾਂ ਦੀ ਅੱਜ ਤੜਕੇ 11 ਵਜੇ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਦਫ਼ਤਰ ਦੇ ਵਿੱਚ ਮੀਟਿੰਗ ਹੋਵੇਗੀ ਤੇ ਦੇਸ਼ ਦੇ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਿਰਾਸ਼ਾਜਨਕ ਨਤੀਜਿਆਂ ਤੋਂ ਬਾਅਦ ਮੁੱਖ ਮੰਤਰੀ ਨੇ ਮੀਟਿੰਗਾਂ ਦਾ ਇਹ ਦੌਰ ਸ਼ੁਰੂ ਕੀਤਾ ਹੈ ਦਿਲ ਦਾ ਦੌਰਾ ਪੈਣ ਕਾਰਨ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਲਖਵੀਰ ਸਿੰਘ ਰੋਡੇ ਦਾ ਪਾਕਿਸਤਾਨ ਦੇ ਵਿੱਚ ਦੇ ਹਾਂਤ ਹੋ ਗਿਆ ਭਾਰਤ ਵਿੱਚ ਕਈ ਕੇਸਾਂ ਦੇ ਵਿੱਚ ਲੋੜਿੰਦੇ ਸਨ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਜਸਵੀਰ ਸਿੰਘ ਰੋਡੇ ਨੇ ਲਖਬੀਰ ਸਿੰਘ ਰੋਡੇ ਨੂੰ ਸਿੱਖ ਕੌਮ ਦੇ ਹੱਕਾਂ ਲਈ ਲੜਨ ਵਾਲਾ ਕੌਮੀ ਯੋद्धा ਕਰਾਰ ਦਿੰਦਿਆਂ ਦੱਸਿਆ ਕਿ ਸੰਗਤ ਦੀ ਇੱਛਾ ਮੁਤਾਬਕ ਉਹਨਾਂ ਨਮਿੱਤ ਆਤਮਿਕ ਸ਼ਾਂਤੀ ਲਈ 파ੜ ਦੇ ਭੋਗ 14 ਦਸੰਬਰ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਤੇ 16 ਦਸੰਬਰ ਸ਼ਨੀਚਰਵਾਰ ਨੂੰ ਪਿੰਡ ਰੋਡੇ ਵਿਖੇ ਗੁਰਦੁਆਰਾ ਸੰਤ ਖਾਲਸਾ ਜਨਮ ਸਥਾਨ ਸੰਜਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਵਿਖੇ ਪਾਇਆ ਜਾਵੇਗਾ। ਇਸੇ ਸਾਲ ਅਕਤੂਬਰ ਮਹੀਨੇ ਦੇ ਵਿੱਚ ਐਨਆਈਏ ਨੇ ਮੋਗਾ ਦੇ ਪਿੰਡ ਕੋਠੀ ਗੁਰਪੁਰਾ ਦੇ ਵਿੱਚ ਲਖਬੀਰ ਸਿੰਘ ਰੋਡੇ ਦੀ ਜਾਇਦਾਦ ਜ਼ਬਤ ਭਾਰਤ ਸਰਕਾਰ ਨੇ ਡੀਪ ਫੇਕ ਦੇ ਮੁੱਦੇ ਨਾਲ ਨਜਿੱਠਣ ਵਿੱਚ ਕੰਪਨੀਆਂ ਵੱਲੋਂ ਕੀਤੀ ਗਈ ਯਤਨਾਂ ਦੀ ਸਮੀਖਿਆ ਲਈ ਕੱਲ ਸੋਸ਼ਲ ਮੀਡੀਆ ਕੰਪਨੀਆਂ ਨਾਲ ਇੱਕ ਹੋਰ ਬੈਠਕ ਕੀਤੀ ਤੇ ਕੰਪਨੀਆਂ ਵੱਲੋਂ ਚੁੱਕੇ ਗਏ ਕਦਮਾਂ ਦਾ ਜਾਇਜ਼ਾ ਲਿਆ ਕਾਰਵਾਈ ਦੇ ਲਈ ਆਈਪੀਸੀ ਤੇ ਸੀਆਰਪੀਸੀ ਵਿੱਚ ਮੌਜੂਦ ਤਜਵੀਜ਼ਾਂ ਬਾਰੇ ਪਲੇਟਫਾਰਮਾਂ ਨੂੰ ਜਾਣੂ ਵੀ ਕਰਵਾਇਆ ਗਿਆ ਸਰਕਾਰ ਨੇ ਕੰਪਨੀਆਂ ਨੂੰ ਸਪਸ਼ਟ ਤੌਰ ਤੇ ਦੱਸ ਦਿੱਤਾ ਕਿ ਸੂਚਨਾ ਤਕਨੀਕ ਨਿਯਮਾਂ ਦੇ ਤਹਿਤ 11 ਅਜਿਹੀਆਂ ਚੀਜ਼ਾਂ ਦੀ ਪਛਾਣ ਕੀਤੀ ਗਈ ਹੈ ਜੋ ਵਰਤੋਂਕਾਰਾਂ ਨੂੰ ਨੁਕਸਾਨ ਪਹੁੰਚਾ ਸਕਦੀਆਂ ਨੇ ਜਾਂ ਫਿਰ ਗੈਰ ਕਾਨੂੰਨੀ ਨੇ ਉਹਨਾਂ ਨੂੰ ਦੱਸਿਆ ਗਿਆ ਕਿ ਆਈਟੀ ਨਿਯਮਾਂ ਦੀ ਉਲੰਘਣਾ ਆਈਪੀ ਕਿਹੜੀਆਂ ਤਜਵੀਜ਼ਾਂ ਦੇ ਬਰਾਬਰ ਹੈ ਤੇ ਅਪਰਾਧਿਕ ਮੁਕੱਦਮੇ ਵਰਤਮਾਨ ਕਾਨੂੰਨਾ ਤਹਿਤ ਵੀ ਦਰਜ ਹੋ ਸਕਦੇ ਨੇ ਤੇ ਸਰਕਾਰ ਨੇ ਸਾਫ਼ ਕਿਹਾ ਕਿ ਸੀਆਰਪੀਸੀ ਦੀ ਇਕਤਾਰਾ ਜਾਲਸਾਜ਼ੀ ਤਹਿਤ ਡੀਪ ਫੇਕ ਲਈ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਦਿੰਦੀ ਹੈ ਆਈਟੀ ਤੇ ਇਲੈਕਟ੍ਰੋਨਿਕਸ ਰਾਜ ਮੰਤਰੀ ਰਾਜੀਵ ਚੰਦਰ ਸ਼ੇਖਰ ਨੇ ਕਿਹਾ ਹੈ ਕਿ ਡੀਪ ਫੇਕ ਤੇ ਝੂਠੀਆਂ ਖਬਰਾਂ ਸੰਬੰਧੀ ਹਦਾਇਤਾਂ ਅਗਲੇ 2 ਦਿਨਾਂ ਦੇ ਵਿੱਚ ਜਾਰੀ ਕਰ ਦਿੱਤੀਆਂ ਜਾਣਗੀਆਂ ਤਾਂ ਕਿ ਪਲੇਟਫਾਰਮਾਂ ਦੇ ਵੱਲੋਂ ਇਹਨਾਂ ਦੀ 100% ਦੀ ਪਾਲਣਾ ਯਕੀਨੀ ਬਣਾਈ ਜਾ ਸਕੇ